ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਿਪੋਰਟਰ ਜਸਬੀਰ ਸਿੰਘ, ਕੈਮਰਾਮੈਨ ਰਾਜਾ ਜੀ ਦੇ ਨਾਲ ਅਸੀਂ ਇਸ ਵਕਤ ਪਹੁੰਚੇ ਹਾਂ ਸਰਪੰਚ ਪਰਮਜੀਤ ਕੌਰ ਜੀ, ਵਾਈਫ ਆਫ ਸਰਦਾਰ ਜਸਪਾਲ ਸਿੰਘ, ਪਿੰਡ ਗੁਰਾਲਾ, ਹਲਕਾ ਅਤੇ ਬਲਾਕ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਦੇ ਨਿਵਾਸ ਸਥਾਨ 'ਤੇ। ਸਾਡੇ ਨਾਲ ਬੈਠੇ ਨੇ ਸਰਪੰਚ ਸਾਹਿਬ ਦੇ ਹਸਬੈਂਡ ਸਰਦਾਰ ਜਸਪਾਲ ਸਿੰਘ ਜੀ ਅਤੇ ਮੈਂਬਰ ਪੰਚਾਇਤ ਸਰਦਾਰ ਸਤਨਾਮ ਸਿੰਘ ਅਤੇ ਸਾਬਕਾ ਮੈਂਬਰ ਪੰਚਾਇਤ ਸਰਦਾਰ ਬਲਬੀਰ ਸਿੰਘ ਜੀ। ਆਓ ਮਿਲਦੇ ਹਾਂ ਆਪਾਂ ਸਰਦਾਰ ਜਸਪਾਲ ਸਿੰਘ ਜੀ ਨੂੰ, ਸਰਪੰਚ ਪਰਮਜੀਤ ਕੌਰ ਦੇ ਹਸਬੈਂਡ ਸਾਹਿਬ ਨੂੰ। ਵਾਹਿਗੁਰੂ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਪੰਚ ਪਰਮਜੀਤ ਕੌਰ ਦਾ ਹਸਬੈਂਡ ਜਸਪਾਲ ਸਿੰਘ ਬੋਲ ਰਿਹਾ। ਮੈਂ ਆਪਣੇ ਪਿੰਡ ਨਿਵਾਸੀ ਅਤੇ ਆਪਣੇ MLA ਸਾਹਿਬ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਸਰਪੰਚੀ ਦਾ ਮਾਣ ਬਖਸ਼ੀ ਪਿੰਡ ਦਾ ਜੰਡੀ ਜੁਮੇਰੀ ਦੀਵਾਰ ਦੋਸਤਾਂ ਦੀ ਦਿੱਤੀ। ਅਸੀਂ ਤਹਿ ਦਿਲੋਂ ਆਪਣੇ ਪਿੰਡ ਦਾ ਜਿਹੜਾ ਵਿਕਾਸ ਆ ਉਹ ਚੰਗੇ ਤਰੀਕੇ ਨਾਲ ਕਰ ਰਹੇ ਹਾਂ ਅਤੇ ਅੱਗੇ ਤੋਂ ਚੰਗੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਪਿੰਡ ਦੇ ਕਾਫੀ ਕੰਮ ਜਿਹੜੇ ਆ ਉਹ ਹੁਣ ਤੱਕ ਅਸੀਂ ਕਰਾ ਚੁੱਕੇ ਹਾਂ। ਉਹ ਜਿਹੜੇ ਅਧੂਰੇ ਕੰਮ ਨੇ ਉਹਨਾਂ ਵੱਲ ਸਾਡੀ ਤਵੱਜੋ ਆ। ਸਾਡੇ MLA ਸਾਹਿਬ ਕਾਫੀ ਸਾਡਾ ਇਸ ਗੱਲ 'ਚ ਸਹਿਯੋਗ ਕਰਦੇ ਨੇ। ਅਸੀਂ ਉਹ ਤਕੜੇ ਹੋ ਕੇ ਜਿਹੜੇ ਕੰਮ ਰਹਿੰਦੇ ਆ ਉਹਨਾਂ ਨੂੰ ਚੰਗੇ ਤਰੀਕੇ ਨਾਲ ਸਿਰੇ ਚਾੜ ਕੇ ਅਤੇ ਪਿੰਡ ਦਾ ਵਿਕਾਸ ਆ ਜਿਹੜਾ ਉਹ ਬੁਲੰਦੀਆਂ ਤੱਕ ਚਾਹਵਾਂਗੇ। ਜਿਸ ਉਮੀਦ ਨਾਲ ਤੁਹਾਡੇ MLA ਸਾਹਿਬ ਅਤੇ ਪਿੰਡ ਵਾਸੀਆਂ ਨੇ ਤੁਹਾਨੂੰ ਸਰਪੰਚ ਬਣਾਇਆ, ਤੁਸੀਂ ਉਹਨਾਂ ਦੀ ਉਮੀਦ 'ਤੇ ਹੁਣ ਤੱਕ ਕਿੰਨਾ ਖਰੇ ਉਤਰੇ ਜੇ? ਮੈਂ ਹੁਣ ਤੱਕ ਜਿਹੜੀ ਗ੍ਰਾਂਟ MLA ਸਾਹਿਬ ਤੋਂ ਵੱਡੀ ਆ ਉਹਨੂੰ ਪਿੰਡ ਦੇ ਵਿਕਾਸ ਕੰਮਾਂ 'ਤੇ ਲਾਇਆ। ਪਿੰਡ ਦੇ ਕਾਫੀ ਕੰਮ ਜਿਹੜੇ ਮੈਂ ਹੁਣ ਤੱਕ ਲਾ ਚੁੱਕਾ ਹਾਂ। ਉਹਦੇ ਜਿਹੜੇ ਰਹਿੰਦੇ ਕੰਮ ਨੇ ਉਹ ਸਾਡੇ ਕੰਮ ਚੱਲ ਰਹੇ ਆ। ਥੋੜ੍ਹੀ ਦੇਰ ਦੇ ਵਿੱਚ ਜਿਹੜੇ ਪਿੰਡ ਦੇ ਵਿਕਾਸ ਦੇ ਕੰਮ ਆ ਉਹ ਨਿਪੇ ਚਾੜ ਰਹੇ ਆ। ਅਤੇ ਆਪਾਂ ਮੈਂਬਰ ਸਾਹਿਬ ਨੂੰ ਪੁੱਛਦੇ ਹਾਂ ਕਿ ਉਹ ਆਪਣੇ ਇਸ ਪੰਚਾਇਤ ਦੇ ਦੌਰਾਨ, ਆਪਣੀ ਸੇਵਾ ਦੇ ਦੌਰਾਨ ਪਿੰਡ ਵਿੱਚ ਕਿਹੜੇ ਕਿਹੜੇ ਤੁਹਾਡੇ ਨਾਲ ਸਾਥ ਦਿੰਦੇ, ਕਿਵੇਂ ਤੁਹਾਡੇ ਨਾਲ ਸਾਥ ਦਿੰਦੇ ਨੇ? ਸਾਡੇ ਨਾਲ ਬੈਠੇ ਨੇ ਸਰਦਾਰ ਸਤਨਾਮ ਸਿੰਘ ਜੀ ਜੋ ਕਿ ਮੌਜੂਦਾ ਮੈਂਬਰ ਨੇ। ਹਾਂਜੀ ਸਰਦਾਰ ਸਤਨਾਮ ਸਿੰਘ ਜੀ। ਮੈਂ ਸਤਨਾਮ ਸਿੰਘ, ਮੈਂਬਰ ਪੰਚਾਇਤ ਪਿੰਡ ਗੁਰਾਲਾ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ। ਜੋ ਕਿ ਸਾਡੇ ਪਿੰਡ ਦੇ ਵਿੱਚ ਪੰਚਾਇਤ MLA ਸਾਹਿਬ ਨੇ ਬਣਾਈ ਹੈ, ਬਹੁਤ ਤਵੱਜੋ ਦੇ ਰਹੇ ਹਾਂ ਪਿੰਡ ਦੇ ਵਿਕਾਸ ਵਾਸਤੇ। ਜਿੰਨੀ ਗ੍ਰਾਂਟ ਆ ਰਹੀ ਸਾਡੇ ਕੋਲ ਅਸੀਂ ਉਹਦਾ ਸਹੀ ਇਸਤੇਮਾਲ ਕਰਾਂਗੇ ਅਤੇ ਕਰ ਰਹੇ ਹਾਂ। ਅਤੇ ਆਪਾਂ ਮੈਂਬਰ ਸਾਹਿਬ ਨੂੰ ਪੁੱਛਦੇ ਹਾਂ ਕਿ ਉਹ ਆਪਣੇ ਇਸ ਪੰਚਾਇਤ ਦੇ ਦੌਰਾਨ, ਆਪਣੀ ਸੇਵਾ ਦੇ ਦੌਰਾਨ ਪਿੰਡ ਵਿੱਚ ਕਿਹੜੇ ਕਿਹੜੇ ਤੁਹਾਡੇ ਨਾਲ ਸਾਥ ਦਿੰਦੇ, ਕਿਵੇਂ ਤੁਹਾਡੇ ਨਾਲ ਸਾਥ ਦਿੰਦੇ ਨੇ? ਸਾਡੇ ਨਾਲ ਬੈਠੇ ਨੇ ਸਰਦਾਰ ਸਤਨਾਮ ਸਿੰਘ ਜੀ ਜੋ ਕਿ ਮੌਜੂਦਾ ਮੈਂਬਰ ਨੇ। ਹਾਂਜੀ ਸਰਦਾਰ ਸਤਨਾਮ ਸਿੰਘ ਜੀ। ਮੈਂ ਸਤਨਾਮ ਸਿੰਘ, ਮੈਂਬਰ ਪੰਚਾਇਤ ਪਿੰਡ ਗੁਰਾਲਾ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ। ਜੋ ਕਿ ਸਾਡੇ ਪਿੰਡ ਦੇ ਵਿੱਚ ਪੰਚਾਇਤ MLA ਸਾਹਿਬ ਨੇ ਬਣਾਈ ਹੈ, ਬਹੁਤ ਤਵੱਜੋ ਦੇ ਰਹੇ ਹਾਂ ਪਿੰਡ ਦੇ ਵਿਕਾਸ ਵਾਸਤੇ। ਜਿੰਨੀ ਗ੍ਰਾਂਟ ਆ ਰਹੀ ਸਾਡੇ ਕੋਲ ਅਸੀਂ ਉਹਦਾ ਸਹੀ ਇਸਤੇਮਾਲ ਕਰਾਂਗੇ ਅਤੇ ਕਰ ਰਹੇ ਹਾਂ। ਬਾਕੀ ਅਧੂਰੇ ਕੰਮ ਗ੍ਰਾਂਟ ਆਉਣ ਦੇ ਉੱਤੇ ਅਸੀਂ ਨੇਪਰੇ ਚਾੜਾਂਗੇ। ਅਤੇ ਜਿਵੇਂ ਕਿ ਸਤਨਾਮ ਸਿੰਘ ਜੀ, ਪਿੰਡ ਵਿੱਚ ਤਕਰੀਬਨ ਆਪਾਂ ਲਾ ਕੇ ਚੱਲੀਏ ਕਿ 900 ਤੋਂ 1000 ਦੇ ਲਗਭਗ ਵੋਟ ਸੀ ਆਪਣੇ ਪਿੰਡ ਦੀ ਆਬਾਦੀ, ਲਾ ਕੇ ਚੱਲੀਏ ਕਿ 1000 ਤੋਂ 1500 ਦੇ ਵਿੱਚ ਆਪਣੇ ਪਿੰਡ ਦੀ ਆਬਾਦੀ ਵੀ ਹੋਏਗੀ। ਉਹ ਆਬਾਦੀ ਦੇ ਵਿੱਚੋਂ ਤੁਹਾਡੇ ਕੁਛ ਮੈਂਬਰ ਅਤੇ ਸਰਪੰਚ ਸਾਹਿਬ ਨੂੰ ਚੁਣਿਆ ਗਿਆ। ਆਪਣੇ MLA ਸਾਹਿਬ ਜਾਂ ਪਿੰਡ ਵਾਸੀਆਂ ਨੇ ਜੋ ਤੁਹਾਡੇ 'ਤੇ ਮਾਣ ਜਿਤਾਇਆ, ਜੋ ਉਹਨਾਂ ਤੁਹਾਨੂੰ ਸੇਵਾ ਦਾ ਮੌਕਾ ਦਿੱਤਾ ਕਿ ਸਾਡੇ ਪਿੰਡ ਦੇ ਅਧੂਰੇ ਵਿਕਾਸਾਂ ਪੂਰਾ ਕਰਨਗੇ, ਤੁਸੀਂ ਆਪਣੇ ਪਿੰਡ ਵਿੱਚ ਜਿਹੜੇ ਉਹਨਾਂ ਨੇ ਜਿਸ ਸੇਵਾ ਲਈ ਤੁਹਾਨੂੰ ਚੁਣਿਆ, ਤੁਸੀਂ ਆਪਣੀਆਂ ਕਿਹੜੀਆਂ ਕਿਹੜੀਆਂ ਸੇਵਾ ਨਿਭਾ ਰਹੇ ਜੇ ਅਤੇ ਕਿਵੇਂ ਨਿਭਾ ਰਹੇ ਜੇ? ਅਸੀਂ ਪਿੰਡ ਦਾ ਵਿਕਾਸ ਕਰ ਰਹੇ, ਜਿਸ ਹਿਸਾਬ ਨਾਲ ਗ੍ਰਾਂਟ ਆਏਗੀ
ਉਸ ਹਿਸਾਬ ਨਾਲ ਵਿਕਾਸ ਤਨਦੇਹੀ ਨਾਲ ਕਰਾਂਗੇ। ਅਤੇ ਸਾਡੇ ਨਾਲ ਬੈਠੇ ਹੋਏ ਸਾਬਕਾ ਮੈਂਬਰ ਸਰਦਾਰ ਬਲਬੀਰ ਸਿੰਘ ਜੀ। ਹਾਂਜੀ ਬਲਬੀਰ ਸਿੰਘ ਜੀ, ਤੁਸੀਂ ਆਪਣੇ ਨਵੀਂ ਬਣੀ ਪੰਚਾਇਤ ਦੇ ਨਾਲ ਸਾਥ ਦਿੰਦੇ ਜੇ, ਆਪਣੇ ਪਿੰਡ ਵਾਸੀਆਂ ਦਾ ਤੁਸੀਂ ਪਹਿਲਾਂ ਵੀ ਸੇਵਾ ਕੀਤੀ ਆ, ਹੁਣ ਵੀ ਤੁਸੀਂ ਨਾਲ ਸੇਵਾ ਕਰਦੇ ਨਾਲ ਲੱਗ ਕੇ, ਤੁਸੀਂ ਆਪਣੇ ਪੰਚਾਇਤ ਨੂੰ ਜਿਹੜੀ ਹੁਣ ਮੌਜੂਦਾ ਪੰਚਾਇਤ ਆ, ਮੈਂਬਰ ਸਾਹਿਬ ਸਰਪੰਚ ਸਾਹਿਬ, ਉਹਨਾਂ ਦਾ ਕਿੰਨਾ ਸਾਥ ਦਿੰਦੇ ਜੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਬੀਰ ਸਿੰਘ, ਪਿੰਡ ਬਰਾੜਾ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ। ਮੈਂ ਸਰਪੰਚ ਸਾਹਿਬ ਅਤੇ ਹੋਰ ਮੈਂਬਰ ਸਾਹਿਬ ਜਿੰਨੇ ਵੀ ਹੈਗੇ ਨੇ ਉਹਨਾਂ ਨਾਲ ਮਿਲ ਕੇ, ਸਰਪੰਚ ਸਾਹਿਬ ਦਾ ਕੋਈ ਵੀ ਕੰਮ ਹੋਵੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਹਾਂ। ਅਤੇ MLA ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਆਪਣੀ ਗੁਰਾਂ ਦੇ ਕੇ ਜੋ ਕੁਛ ਹੈਗਾ ਸਾਨੂੰ ਨਵਾਜਿਆ। ਅਸੀਂ ਇਹ ਵੀ ਹੋਰ ਚਾਹੁੰਦੇ ਹਾਂ ਵੀ ਸਾਡਾ ਹੋਰ ਥੋੜ੍ਹਾ ਸਹਿਯੋਗ ਦੇਣ ਅਤੇ ਆਪਣੇ ਜੋ ਵੀ ਅਧੂਰੇ ਕੰਮ ਪਏ ਨੇ ਉਹ ਪੂਰੇ ਕਰ ਸਕੀਏ। ਤੁਹਾਨੂੰ ਜੀ, ਤੁਸੀਂ ਆਪਣੇ ਪਿੰਡ ਦੇ ਵਿਕਾਸ ਸ਼ੁਰੂ ਕੀਤੇ, ਤੁਹਾਨੂੰ ਕਿਹੜੇ ਮੇਨ ਲੱਗਾ ਸੀ ਕਿ ਕਿਹੜਾ ਮੁੱਦਾ ਸਭ ਤੋਂ ਪਹਿਲਾਂ ਅਹਿਮ ਆ ਕਿ ਜਿਹੜੇ ਲੋਕਾਂ ਨੂੰ ਪਰੇਸ਼ਾਨੀ ਦਾ ਕਾਰਨ ਬਣਦਾ, ਤੁਸੀਂ ਕਿਹੜਾ ਕੰਮ ਸ਼ੁਰੂ ਕੀਤਾ ਪਿੰਡ 'ਚੋਂ? ਸਾਡੇ ਪਿੰਡ ਵਿੱਚ ਗਲੀਆਂ ਦੀ ਹਾਲਤ ਬਹੁਤ ਖਸਤਾ ਸੀ। ਮੈਂ ਸਭ ਤੋਂ ਪਹਿਲਾਂ ਗਲੀਆਂ ਦਾ ਮੇਨ ਗਲੀਆਂ ਦਾ ਕੰਮ ਕੀਤਾ। ਉਦੋਂ ਬਾਅਦ ਸਾਡੇ ਪਿੰਡ ਦੇ ਲਾਗੇ ਇੱਕ ਬੈਂਕ ਲੋਨ ਜਿਹੜਾ ਔਰ ਕਿਆ ਇੱਕ ਅਸਾਈ ਬਰਾਲੀ ਦਾ ਸਾਂਝਾ, ਉਹ ਸਾਰਾ ਅਸੀਂ ਫਰਸ਼ ਪਾ ਕੇ ਬਹੁਤ ਸੋਹਣੇ ਢੰਗ ਨਾਲ ਉਹਨੂੰ ਵਧੀਆ ਬਣਾਇਆ। ਉਹ ਲੋਕਾਂ ਦੇ ਬੈਂਕ ਲੋਨ ਦਾ ਬਹੁਤ ਸੋਹਣਾ ਬਣਿਆ। ਹੁਣ ਸਾਡੇ ਜਿਹੜੇ ਅਧੂਰੇ ਕੰਮ ਨੇ ਉਹ ਜਿਸ ਤਰ੍ਹਾਂ ਸਾਨੂੰ ਗ੍ਰਾਂਟਾਂ ਮਿਲ ਗਈਆਂ, ਕੰਮ ਸਾਡੇ ਹੋਣ ਵਾਲੇ ਬਹੁਤ ਆ, ਉਹ ਅਸੀਂ ਚੰਗੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਸਰਪੰਚ ਸਾਹਿਬ, ਜਿਵੇਂ ਤੁਸੀਂ ਆਪਣੇ ਪਿੰਡ ਵਿੱਚ ਆਪਣੇ ਸਭ ਤੋਂ ਪਹਿਲਾਂ ਗਰੀਬ ਪਰਿਵਾਰਾਂ ਦਾ ਸੋਚਿਆ ਜਾਂ ਉਹਨਾਂ ਦੇ ਤੁਸੀਂ ਜੋ ਵੀ ਆਪਣੇ ਅਧੂਰੇ ਵਿਕਾਸ ਨਾਲ ਪੂਰਾ ਕੀਤਾ, ਤੁਸੀਂ ਆਪਣੇ ਪਿੰਡ ਵਿੱਚ ਹੋਰ ਕਿਹੜੇ ਕਿਹੜੇ ਇਹੋ ਜਿਹੇ ਵਿਕਾਸ ਆ ਜਿਹੜੇ ਤੁਸੀਂ ਆਪਣੇ MLA ਸਾਹਿਬ ਆਪਣੀ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਵਿੱਚ ਕਰਨਾ ਚਾਹ ਰਹੇ ਜੇ ਜਾਂ ਕੁਛ ਤੁਸੀਂ ਕੰਮ ਸ਼ੁਰੂ ਕੀਤੇ ਹੋਏ ਆ? ਮੇਰਾ ਵਿਚਾਰ ਆ ਜਿਹੜੀ ਆ ਲਾਈਟਾਂ ਦਾ ਸਿਸਟਮ ਆ ਇਹ ਪਿੰਡ ਵਿੱਚ ਹੋਣਾ ਬਹੁਤ ਜ਼ਰੂਰੀ ਆ, ਕਿਉਂ ਅੱਜ ਕੱਲ੍ਹ ਜਿਹੜੇ ਸਮੇਂ ਦੇ ਹਾਲਾਤ ਦੇ ਮੁਤਾਬਕ ਸਮਾਂ ਬਹੁਤਾ ਚੰਗਾ ਨਹੀਂ ਚੱਲ ਰਿਹਾ। ਚੋੜੀਆਂ 'ਚ ਕਾਲੀਆਂ 'ਤੇ ਨਿੱਕੀ ਮੋਟੀ ਜਿਹੜੇ ਕੰਮ ਆ ਇਹ ਚੱਲਦੇ ਆ, ਲਾਈਟ ਸਿਸਟਮ ਜਿਹੜਾ ਇਹ ਸਾਡੀ ਤਵੱਜੋ ਆ, ਅਸੀਂ ਚਾਹੁੰਦੇ ਹਾਂ ਇਹ ਕਰੀਏ। ਕੁਝ ਸਾਡੇ ਸੰਜਾਮ ਘਰਾਂ ਦੀ ਜਿਹੜੀ ਹਾਲਤ ਉਹ ਬੜੀ ਖਸਤਾ ਵਾ, ਉਹਨੂੰ ਅਸੀਂ ਤਰਜੀਹ ਦੇਣ ਚਾਹੁੰਦੇ ਹਾਂ ਉਹ ਵੀ ਕਰਾਉਣੀ ਆ। ਉਹਦੀ ਚੋੜੀਆਂ ਦਾ ਜਿਹੜਾ ਕਬਰਸਤਾਨ ਆ ਉਹਦੇ ਚਾਰ ਦੁਆਲੀ ਦੀਆਂ ਜਿਹੜੀਆਂ ਕੰਧਾਂ ਨੇ ਉਹ ਖਸਤਾ ਹਾਲਤ ਵਿੱਚ ਨੇ, ਉਹ ਉਹਨਾਂ ਦੀ ਰਿਪੇਅਰ ਵਗੈਰਾ ਕਰਾਉਣਾ। ਸਕੂਲ ਸਾਡਾ ਜਿਹੜਾ ਸਕੂਲ ਸਾਡਾ ਚੰਗੇ ਢੰਗ ਨਾਲ ਚੋਣ ਠੀਕ ਠੀਕ ਬਣਿਆ ਵਾ, ਪਰ ਫਿਰ ਵੀ ਉਹਦੀ ਜਿਹੜੀ ਚਾਰ ਦੁਆਲੀ ਆ ਉਹ ਬਹੁਤ ਨੀਵੀਂ ਹੈ। ਉਹ ਵਾਰ ਵਾਰ ਟੀਚਰਾਂ ਤੋਂ ਸਿਫਾਰਿਸ਼ ਆਉਂਦੀ ਆ ਵੀ ਸਾਡੀਆਂ ਕੰਧਾਂ ਉੱਚੀਆਂ ਕਰੋ, ਨਿੱਕੇ ਨਿੱਕੇ ਬੱਚੇ ਜਾ ਕੇ ਛੁੱਟੀ ਤੋਂ ਬਾਅਦ ਆ ਉਹ ਸਕੂਲ 'ਚ ਫੁੱਲਾਂ ਫਲਾਂ ਦਾ ਜਾਂ ਬੂਟਿਆਂ ਦਾ ਬਹੁਤ ਨੁਕਸਾਨ ਕਰਦੇ ਆ। ਅਤੇ ਸਾਡੀ ਉੱਧਰ ਤਵੱਜੋ ਅਸੀਂ ਜਿਹੜੇ ਹੋਣ ਵਾਲੇ ਜ਼ਰੂਰੀ ਕੰਮ ਨੇ ਉਹਨਾਂ 'ਚ ਤਾਂਦੇ ਹੀ ਨਾ ਕੰਮ ਕਰਕੇ ਲੋਕਾਂ ਦੇ ਸਾਹਮਣੇ ਲਿਆਵਾਂ। ਆਪਣੇ ਪਿੰਡ ਦੇ ਰਹਿੰਦੇ ਵਿਕਾਸ ਕਿਹੜੇ ਕਿਹੜੇ ਆ ਜਿਹੜਾ ਕਿ ਤੁਸੀਂ ਆਪਣੇ ਪੂਰੀ ਪੰਚਾਇਤ ਬੈਠ ਕੇ ਉਹਦੇ ਵਾਸਤੇ ਡਿਸਕਸ ਕਰ ਦੀਜੇ? ਸਾਡਾ ਪਹਿਲਾ ਮੇਨ ਕੰਮ ਸੀਗਾ ਕਿ ਪਿੰਡ ਦੀਆਂ ਗਲੀਆਂ ਅਤੇ ਨਾਲੀਆਂ, ਜਿੰਨੀ ਸਾਨੂੰ ਗ੍ਰਾਂਟ ਮਿਲੀ ਹੈ ਮੇਰਾ ਖਿਆਲ ਉਹ ਲੱਗ ਚੁੱਕੀ ਹੈ, ਅਤੇ ਜਿਹੜਾ ਕੰਮ ਕੀਤਾ ਉਹ ਤਸੱਲੀ ਬਖਸ਼ ਕੀਤਾ ਗਿਆ। ਹੋਰ ਜਿਵੇਂ ਜਿਵੇਂ ਗ੍ਰਾਂਟ ਆਊਗੀ ਅਸੀਂ ਆਪਣੀ ਸਾਰੀ ਪੰਚਾਇਤ ਸਹਿਮਤੀ ਦੇ ਨਾਲ ਲਾਵਾਂਗੇ MLA ਸਾਹਿਬ ਦੇ ਕਹਿਣ ਮੁਤਾਬਕ। ਅਤੇ ਜਿਵੇਂ ਕਿ ਤੁਸੀਂ ਆਪਣੇ ਪਿੰਡ ਵਿੱਚ ਬਹੁਤ ਵਧੀਆ ਤਰੀਕੇ ਨਾਲ ਗਰੀਬ ਪਰਿਵਾਰਾਂ 'ਚ ਵਿਚਰਦੇ ਜੇ, ਤੁਸੀਂ ਆਪਣੇ ਸਰਪੰਚ ਸਾਹਿਬ ਅਤੇ ਆਪਣੀ ਪੰਚਾਇਤ ਦੇ ਸਹਿਯੋਗ ਨਾਲ ਆਪਣੇ ਗਰੀਬ ਪਰਿਵਾਰਾਂ ਨੂੰ ਕਿਹੜੀਆਂ ਕਿਹੜੀਆਂ ਸਹੂਲਤਾਂ ਦੇ ਚੁੱਕੇ ਜੇ? ਅਸੀਂ ਸ਼ੁਰੂਆਤ ਹੀ ਗਰੀਬ ਪਰਿਵਾਰਾਂ ਦੀਆਂ ਗਲੀਆਂ ਅਤੇ ਨਾਲੀਆਂ ਤੋਂ ਕੀਤਾ, ਬਾਕੀ ਹੋਰ ਹੁਣ ਪਾਣੀ ਦਾ ਪ੍ਰੋਬਲਮ ਆ ਰਹੀ ਹੈ, ਟੈਂਕੀ ਦੀ ਪ੍ਰੋਬਲਮ ਆਈ ਹੈ, ਜੋ ਵੀ ਹੈਗਾ ਵਾ ਉਹ ਅਸੀਂ ਪਹਿਲ ਦੇ ਆਧਾਰ 'ਤੇ ਕਰਾਂਗੇ। ਉਸ ਤੋਂ ਬਾਅਦ ਫਿਰ ਜਿੱਥੇ ਜਿੱਥੇ ਬਾਹਰ ਦਾ ਡੇਰਿਆਂ ਦਾ ਜਾਂ ਹੋਰ ਕੰਮ ਹੋਣ ਵਾਲੇ ਉਹ ਵੀ ਡਿਮਾਂਡ ਰੱਖਾਂਗੇ MLA ਸਾਹਿਬ ਵਾਲੀ, ਜਿਵੇਂ ਜਿਵੇਂ ਗ੍ਰਾਂਟ ਆਊਗੀ ਸਾਡੇ ਕੋਲ ਤਿਵੇਂ ਤਿਵੇਂ ਅਸੀਂ ਮਤਲਬ ਕੰਮ ਕਰਾਂਗੇ।
ਉਹ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਵਾ ਜਿਹੜੀਆਂ ਕਿ ਤੁਸੀਂ ਆਪਣੇ ਗਰੀਬ ਪਰਿਵਾਰਾਂ ਨੂੰ ਸਰਕਾਰ ਕੋਲੋਂ ਲੈ ਕੇ ਦੇ ਚੁੱਕੇ ਜੇ, ਕਿਹੜੇ ਕਿਹੜੇ ਉਹਨਾਂ ਦੇ ਜਿਹੜੇ ਕਿ ਸਰਕਾਰ ਦੇ ਕੋਲੋਂ ਉਹਨਾਂ ਦੇ ਫਾਇਦੇ ਸੀ ਉਹਨਾਂ ਦੇ ਦੇ ਚੁੱਕੇ ਜੇ? ਹੁਣ ਤੱਕ ਜਿਹੜੇ 5 ਲੱਖ ਵਾਲੇ ਸਰਕਾਰ ਨੇ ਕਾਰਡ ਸਕੀਮ ਕੱਢੀ ਉਹ ਮੈਂ ਕਾਫੀ ਪਰਿਵਾਰਾਂ ਦੇ ਬਣਾਤੇ। ਰਾਸ਼ਨ ਕਾਰਡ ਜਿਹੜੇ ਨੇ, ਆਟਾ ਦਾਲ ਦੀ ਸਕੀਮ, ਇਹ ਲਗਭਗ ਮੇਰੇ ਪਿੰਡ ਵਿੱਚ 260 ਕਾਰਡ ਜਿਹੜੇ ਉਹ ਬਣ ਕੇ ਤਿਆਰ ਹੋ ਚੁੱਕੇ ਆ। ਜੋ ਵੀ ਇਹਨਾਂ ਦਾ ਕੰਮ ਹੁੰਦਾ ਗਰੀਬ ਲੋਕਾਂ ਦਾ, ਉਹ ਮੈਂ ਪਹਿਲ ਦੇ ਆਧਾਰ 'ਤੇ ਉਹਨੂੰ ਲੈ ਕੇ ਚੱਲਦਾ। ਪੈਨਸ਼ਨਾਂ ਜਿਹੜੀਆਂ ਉਹ ਕਾਫੀ ਮੈਂ ਪਿੰਡ ਵਿੱਚ ਦੌੜਦੀਆਂ ਨੇ। ਜੋ ਕਹਿੰਦੇ ਆ, ਜੋ ਉਹਨੂੰ ਦੱਸਿਆ ਜਾਂਦਾ ਉਹ ਕੰਮ ਮੈਂ ਪੂਰੀ ਮਤਲਬ ਤਵੱਜੋ ਦੇ ਕੇ ਉਹ ਕੰਮ। ਫ੍ਰੀ ਟੋਇਲਟਸ ਬਣ ਰਹੀਆਂ ਪਿੰਡਾਂ 'ਚ ਸਰਕਾਰ ਵੱਲੋਂ, ਉਹ ਤੁਸੀਂ ਆਪਣੇ ਪਿੰਡ 'ਚ ਕਿੰਨੀਆਂ ਬਣਾਈਆਂ, ਕਿੰਨੇ ਪਰਿਵਾਰਾਂ ਨੂੰ ਮੁਹੱਈਆ ਕਰਵਾਈਆਂ? ਹੁਣ ਤੱਕ ਉਹ ਲਗਭਗ 70 ਟੈਬਲੇਟ ਜਿਹੜੀਆਂ ਉਹ ਤਿਆਰ ਕਰਾਤੀਆਂ ਜੀ। ਬਹੁਤ ਸੋਹਣੇ ਢੰਗ ਨਾਲ ਬਣਾਈਆਂ ਨੇ। ਜਿਹੜੇ ਚੰਗੇ ਲੋਕ ਹੀ ਹੋਰ ਵੈਸੇ ਦੱਸ ਸਕਦੇ, ਉਹਨਾਂ ਨੇ ਹੋਰ ਵੀ ਲਾ ਕੇ ਅਤੇ ਉਹ ਬਹੁਤ ਸੋਹਣੇ ਤਰੀਕੇ ਨਾਲ ਬਣਾਈਆਂ। ਆਮ ਜਿਹੜੀਆਂ ਸਾਰੀਆਂ ਲਗਭਗ ਚੰਗੀਆਂ ਬਣੀਆਂ ਨੇ, ਉਹ ਜੋ ਪੈਸੇ ਮਿਲੇ ਆ ਵਧੀਆ ਤਰੀਕੇ ਨਾਲ ਰਹੇ ਆ। 70 ਜਿਹੜੀਆਂ ਟੈਬਲੇਟ ਹਾਲੇ ਚਾਲੂ ਨੇ, ਜਿਹੜੀਆਂ ਨਵੀਆਂ ਮੈਂ ਬਣਾਈਆਂ, ਉਦੋਂ ਪਹਿਲਾਂ ਵੀ ਲੋਕਾਂ ਕੋਲ ਹੈਗੀਆਂ ਨੇ, ਕੁਝ ਲੋਕਾਂ ਕੋਲ ਆਪਣੀਆਂ ਹੈਗੀਆਂ ਨੇ। ਥੋੜ੍ਹੇ ਬੰਦੇ ਜਿਹੜੇ ਉਹ ਰਹਿ ਗਏ ਆ, ਉਹ ਸਾਨੂੰ ਫਿਰ ਦੁਬਾਰਾ ਮਹਿਕਮੇ ਤੋਂ ਆਫਰ ਆਈ ਆ ਕਿ ਅਸੀਂ ਬੰਦਾ ਆਪਣਾ ਭੁਲਾ ਕੇ ਜੇ ਉਹ ਸਰਵੇ ਕਰਦੇ ਹਾਂ, ਜਿਹੜੀ ਰਹੀ ਆ ਉਹ ਦੇਖ ਕੇ ਦੁਬਾਰਾ ਤੁਹਾਨੂੰ ਤਿਆਰ ਕਰਕੇ ਦਿਆਂ। ਅਤੇ ਸਰਪੰਚ ਸਾਹਿਬ, ਤੁਸੀਂ ਸਾਡੇ ਕੈਮਰੇ ਰਾਹੀਂ, ਸਾਡੇ ਚੈਨਲ ਰਾਹੀਂ ਆਪਣੇ ਪਿੰਡ ਵਾਸੀਆਂ ਨੂੰ ਜਾਂ ਆਪਣੇ MLA ਸਾਹਿਬ ਨੂੰ ਕੋਈ ਸੁਨੇਹਾ ਦੇਣਾ ਚਾਹੋ ਜਾਂ ਤੁਸੀਂ ਉਹਨਾਂ ਦਾ ਧੰਨਵਾਦ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਜੇ। ਪਿੰਡ ਵਾਸੀਆਂ ਨੂੰ ਧੰਨਵਾਦੀ ਤਾਂ ਅਸੀਂ ਹੈਗੇ ਕਿ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਸਤਿਕਾਰ ਦੇ ਕੇ ਪਿੰਡੀ ਬਾਗਪੁਰ ਜਿਹੜੀ ਸਾਡੇ ਹੱਥ ਵਿੱਚ ਦਿੱਤੀ ਆ। MLA ਸਾਹਿਬ ਨੂੰ ਰਿਕੁਐਸਟ ਆ ਸਾਡੀ ਕਿ ਸਾਡੇ ਪਿੰਡ ਜਿਹੜੇ ਅਧੂਰੇ ਕੰਮ ਨੇ ਉੱਧਰ ਤਵੱਜੋ ਦੇਣ, ਸਾਡੀ ਮਦਦ ਕਰਨ, ਅਤੇ ਅਸੀਂ ਅੱਗੇ ਲੱਗ ਕੇ ਜੋ ਵੀ ਸਾਡੀ ਡਿਊਟੀ ਬਣਦੀ ਆ ਉਹਨੂੰ ਚੰਗੇ ਤਰੀਕੇ ਨਾਲ ਸਹੀ ਲਾ ਸਕੀਏ। ਇਹ ਸੀ ਸਾਡੇ ਨਾਲ ਸਰਪੰਚ ਪਰਮਜੀਤ ਕੌਰ ਦੇ ਹਸਬੈਂਡ ਸਰਦਾਰ ਜਸਪਾਲ ਸਿੰਘ ਜੀ, ਪੰਚਾਇਤ ਦੇ ਮੈਂਬਰ ਸਰਦਾਰ ਸਤਨਾਮ ਸਿੰਘ ਜੀ ਅਤੇ ਸਾਬਕਾ ਮੈਂਬਰ ਸਰਦਾਰ ਬਲਬੀਰ ਸਿੰਘ ਜੀ ਸਾਡੇ ਨਾਲ ਬੈਠੇ ਸੀ। ਅਸੀਂ ਉਹਨਾਂ ਨੂੰ ਜੋ ਵੀ ਗੱਲਬਾਤ ਕੀਤੀ, ਜੋ ਵੀ ਪੁੱਛਿਆ, ਉਹਨਾਂ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਪਿੰਡ ਦੇ ਵਿਕਾਸ ਬਾਰੇ ਦੱਸਿਆ, ਆਪਣੇ ਪਿੰਡ ਵਿੱਚ ਕੀਤੇ ਹੋਏ ਵਿਕਾਸ, ਚੱਲ ਰਹੇ ਵਿਕਾਸ ਅਤੇ ਅਧੂਰੇ ਵਿਕਾਸ ਬਾਰੇ ਦੱਸਿਆ। ਇੰਨਾ ਕੁਛ ਕਹਿੰਦਾ ਹੋਇਆ ਮੈਂ ਰਿਪੋਰਟਰ ਜਸਵੀਰ ਸਿੰਘ, ਕੈਮਰਾਮੈਨ ਰਾਜਾ ਜੀ ਦੇ ਨਾਲ, ਬਣੇ ਰਹੋ ਸਾਡੇ ਨਾਲ ਅਗਲੀ ਵੀਡੀਓ ਦੇ ਲਈ। ਅਗਲੇ ਪਿੰਡ ਅਗਲੇ ਸਰਪੰਚ ਨਾਲ ਮੁਲਾਕਾਤ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹੁੰਚੇ ਹਾਂ ਪਿੰਡ ਗੁਰਾਲਾ ਵਿੱਚ, ਜੋ ਕਿ ਸਰਪੰਚ ਪਰਮਜੀਤ ਕੌਰ ਅਤੇ ਉਹਨਾਂ ਦੇ ਹਸਬੈਂਡ ਸਰਦਾਰ ਜਸਪਾਲ ਸਿੰਘ ਅਤੇ ਸਾਡੇ ਨਾਲ ਮੈਂਬਰ ਪੰਚਾਇਤ ਵੀ ਖੜ੍ਹੇ ਨੇ। ਅਸੀਂ ਪਿੰਡ ਦੇ ਕੀਤੇ ਹੋਏ ਵਿਕਾਸ ਨੂੰ ਦਰਸਾ ਰਹੇ ਨੇ ਅਤੇ ਰਿਕਾਰਡ ਕਰ ਰਹੇ ਨੇ। ਆਪਾਂ ਪਿੰਡ ਵਾਸੀਆਂ ਨੂੰ ਅਤੇ ਮੈਂਬਰ ਪੰਚਾਇਤ ਨੂੰ ਪੁੱਛਦੇ ਹਾਂ ਕਿ ਉਹਨਾਂ ਨੇ ਜੋ ਆਪਾਂ ਖੜ੍ਹੇ ਜਿੱਥੇ ਇੱਥੇ ਵਿਕਾਸ ਤੋਂ ਪਹਿਲਾਂ ਕਿਵੇਂ ਦਾ ਦ੍ਰਿਸ਼ ਸੀ ਅਤੇ ਹੁਣ ਕਿਵੇਂ ਦਾ? ਹਾਂਜੀ ਸਰ, ਕੀ ਨਾਮ ਕੀ ਆਪਣਾ ਜੀ? ਮਲੂਕਾ। ਮਲੂਕਾ ਜੀ, ਅਤੇ ਆਪਾਂ ਤੁਸੀਂ ਮੈਂਬਰ ਪੰਚਾਇਤ ਜੀ? ਹਾਂਜੀ। ਅਤੇ ਜਿੱਥੇ ਆਪਾਂ ਖੜ੍ਹੇ ਹਾਂ ਆਹ ਵਿਕਾਸ ਜਦੋਂ ਹੋਣ ਹੋਇਆ, ਇਸ ਤੋਂ ਪਹਿਲਾਂ ਜਦੋਂ ਨਹੀਂ ਸੀ ਵਿਕਾਸ ਉਦੋਂ ਕਿਵੇਂ ਦਾ ਲੱਗਦਾ ਸੀ ਇੱਥੇ? ਸਾਰਾ ਕੱਚਾ ਹੀ ਸੀ। ਅਤੇ ਜਦੋਂ ਤੁਸੀਂ ਆਉਂਦੇ ਜਾਂਦੇ ਸੀ ਉਦੋਂ ਕਿਵੇਂ ਮਹਿਸੂਸ ਹੁੰਦਾ ਸੀ? ਬਹੁਤ ਇੱਥੇ ਗੰਦ ਪੈਂਦਾ ਸੀ, ਨੰਗਿਆਂ ਨਹੀਂ ਜਾਂਦਾ ਸੀ। ਨੰਗਿਆਂ ਨਹੀਂ ਸੀ, ਬਹੁਤ ਗੰਦ ਪੈਂਦਾ। ਅਤੇ ਹੁਣ ਜਦੋਂ ਤੁਹਾਡੀ ਪੰਚਾਇਤ ਨੇ, ਤੁਹਾਡੇ ਆਪਣੇ ਸਰਪੰਚ ਸਾਹਿਬ ਨੇ, MLA ਸਾਹਿਬ ਦੇ ਸਹਿਯੋਗ ਨਾਲ ਆਹ ਵਿਕਾਸ ਪੂਰਾ ਕੀਤਾ, ਹੁਣ ਕਿਵੇਂ ਦਾ ਮਹਿਸੂਸ ਹੁੰਦਾ? ਹੁਣ ਵਧੀਆ, ਇੱਥੇ ਪਾਣੀ ਨਹੀਂ ਹੁੰਦਾ, ਬਹੁਤ ਵਧੀਆ ਲੰਘਦੇ ਲੋਕ, ਬਹੁਤ ਵਧੀਆ ਲੰਘਦੇ, ਪਾਣੀ ਨਹੀਂ ਖਲੋਂਦਾ ਬਾਈ। ਪਹਿਲਾਂ ਪਾਣੀ ਖਲੋਂਦਾ ਸੀ ਇੱਥੇ ਬਹੁਤ? ਹਾਂਜੀ, ਲੰਘਿਆ ਨਹੀਂ ਜਾਂਦਾ, ਰਾਹ ਬਹੁਤ ਮਾੜਾ ਸੀ, ਬਹੁਤ ਮਾੜਾ ਰਸਤਾ ਸੀ। ਅਤੇ ਤੁਸੀਂ ਹੁਣ ਆਪਣੇ ਬਣੇ ਹੋਏ ਜਿਹੜਾ ਆਪਣੇ ਪਿੰਡ 'ਚ ਵਿਕਾਸ ਕੀਤਾ ਹੋਇਆ ਸਰਪੰਚ ਸਾਹਿਬ ਨੇ ਜਾਂ MLA ਸਾਹਿਬ ਦੇ ਸਹਿਯੋਗ ਨਾਲ, ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਉਹ ਬਹੁਤ ਵਧੀਆ ਕੰਮ ਹੋਇਆ ਹੁਣ ਸਰਪੰਚ ਸਾਹਿਬ ਨੇ ਕੀਤਾ, ਬਹੁਤ ਵਧੀਆ ਕੀਤਾ। ਕੀ ਨਾਮ ਕੀ ਆਪਣਾ ਬਾਬਾ ਜੀ? ਹਾਂਜੀ, ਜਿਮਨ। ਜਿਮਨ, ਜਿਮਨ ਜੀ, ਆਪਣੇ ਪਿੰਡ 'ਚ ਜਿਹੜਾ ਸਰਪੰਚ ਸਾਹਿਬ ਨੇ ਪਿੰਡ ਦਾ ਵਿਕਾਸ ਕੀਤਾ, ਅਧੂਰਾ ਵਿਕਾਸ ਸੀ, ਉਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹਨਾਂ ਵਧੀਆ ਕੀਤਾ ਕਿ ਮਾੜਾ ਕੀਤਾ? ਇਹ ਜੀ, ਮੈਂ ਖੁਦ ਨਾਲ ਲਾ ਕੇ ਮੈਂ ਕਰਾਇਆ। ਅੱਛਾ ਜੀ, ਹਾਂਜੀ।
ਜਿੱਦਾਂ ਇੱਥੇ ਲੰਘਿਆ ਨਹੀਂ ਜਾਂਦਾ ਇਹਨਾਂ ਨਾਲ ਕਾਰਾ ਹੁੰਦਾ ਸੀ ਬਹੁਤ ਮੰਦਾ। ਅਤੇ ਤੁਸੀਂ ਆਪਣੇ ਐੱਮ ਐੱਲ ਏ ਸਾਹਿਬ ਅਤੇ ਸਰਪੰਚ ਸਾਹਿਬ ਨੂੰ ਕੀ ਕਹਿਣਾ ਚਾਹੋਗੇ? ਬਹੁਤ ਸੋਹਣਾ ਕੰਮ ਕੀਤਾ, ਬਹੁਤ ਸੋਹਣਾ ਨਾਲ ਕੰਮ ਕੀਤਾ। ਹਾਂਜੀ, ਅਤੇ ਜਿਵੇਂ ਕਿ ਸਾਡੇ ਨਾਲ ਖੜ੍ਹੇ ਸਰਪੰਚ ਸਾਹਿਬ ਆਪਾਂ ਉਹਨਾਂ ਨੂੰ ਪੁੱਛਦੇ ਹਾਂ। ਹਾਂਜੀ ਸਰਪੰਚ ਸਾਹਿਬ ਸਰਦਾਰ ਜਸਪਾਲ ਸਿੰਘ ਜੀ, ਤੁਸੀਂ ਆਪਣੇ ਪਿੰਡ 'ਚ ਜਿਹੜਾ ਵਿਕਾਸ ਕੀਤਾ, ਕਿੰਨੇ ਚਿਰ ਤੋਂ ਵਿਕਾਸ ਅਧੂਰਾ ਸੀ? ਆ ਕਾਫੀ ਦੇਰ ਤੋਂ ਪੁਰਾਣਾ ਹੀ ਅਧੂਰਾ ਚੱਲਿਆ ਰਿਹਾ ਸੀ ਜੀ। ਇਹਨਾਂ ਬੰਦੇ ਦੀ ਡਿਮਾਂਡ ਬਹੁਤ ਚੱਲੀ ਸੀ ਕਿ ਸਾਡੇ ਖਲੂਨ ਨੂੰ ਜਾਂ ਮਹਿਲ ਇੱਥੇ ਇਹ ਜਗ੍ਹਾ ਨਹੀਂ ਚੱਲੀ ਹੋਈ, ਇਹ ਸਾਨੂੰ ਕਰਕੇ ਦਿਓ। ਇਹ ਕਾਫੀ ਸਾਲਾਂ ਤੋਂ ਅਧੂਰਾ ਤੁਰਿਆ ਹੋ ਗਿਆ ਸੀ। ਅਤੇ ਆਪਾਂ ਜਿਹੜਾ ਇਹ ਵਿਕਾਸ ਕੀਤਾ, ਆ ਕਿੰਨੇ ਰਕਬਾ ਹੋਏਗਾ ਇਹਦਾ ਕਿ ਜਿਹੜਾ ਆਪਾਂ ਇਹਨੂੰ ਬਣਾਇਆ ਹੋਇਆ ਹੁਣ ਇਸ ਟਾਈਮ? ਲਗਭਗ ਡੇਢ ਕਨਾਲ ਦੇ ਕਰੀਬ ਹੈ ਜੀ। ਡੇਢ ਕਨਾਲ ਦੇ ਕਰੀਬ ਆ। ਅਤੇ ਇਹ ਹੁਣ ਤੁਸੀਂ ਇਹ ਬੋਰਡ ਦੇ ਥੱਲੇ ਜਿਹੜਾ ਥੜਾ ਬਣਾਇਆ, ਆ ਵੀ ਹੁਣ ਬਣਾਇਆ? ਬਾਕੀ ਜਿੰਨਾ ਵੀ ਆ ਚੌਂਕ ਦਾ ਰਸਤਾ ਸਾਰਾ ਤੁਸੀਂ ਹੁਣ ਬਣਾਇਆ? ਸਾਰਾ ਹੁਣ ਬਣਿਆ, ਹੁਣ ਬਣਿਆ ਵਾ। ਅਤੇ ਇਹ ਜਿਹੜੇ ਤੁਸੀਂ ਹੋਰ ਵੀ ਪਿੰਡ 'ਚ ਜਿਹੜੇ ਵਿਕਾਸ ਕੀਤੇ ਆ, ਉਹਦੇ ਵਾਸਤੇ ਤੁਸੀਂ ਆਪਣੇ ਪਿੰਡ ਦੇ ਸਹਿਯੋਗ ਨਾਲ ਜਾਂ ਪੰਚਾਇਤ ਦੇ ਸਹਿਯੋਗ ਨਾਲ ਕਿ ਜਾਂ ਤੁਸੀਂ ਆਪਣੇ ਐੱਮ ਐੱਲ ਏ ਸਾਹਿਬ ਦੇ ਸਹਿਯੋਗ ਨਾਲ ਕੀਤੇ? ਕਿਹਦੇ ਸਹਿਯੋਗ ਨਾਲ? ਸਹਿਯੋਗ ਹੁੰਦਾ ਜੀ, ਪਿੰਡ ਦਾ ਸਹਿਯੋਗ ਬਹੁਤ ਤਕੜਾ ਵਾ। ਐੱਮ ਐੱਲ ਏ ਸਾਹਿਬ ਸਾਡਾ ਬਹੁਤ ਸਾਥ ਦਿੰਦੇ ਨੇ, ਸਹਿਯੋਗ ਸਾਰੇ ਨੇ ਹੈਗਾ। ਤੁਸੀਂ ਆ ਜਿਹੜੇ ਆਪਾਂ ਪਿੰਡਾਂ ਦੀਆਂ ਗਲੀਆਂ ਦਾ, ਇਹਨਾਂ ਤੁਹਾਨੂੰ ਮਤਲਬ ਕਿ ਕਿੰਨਾ ਕੁ ਚਿਰ ਤੋਂ ਵਿਕਾਸ ਆਪਣੇ ਪਿੰਡਾਂ ਦੀਆਂ ਗਲੀਆਂ ਦਾ ਅਧੂਰਾ ਸੀ? ਆ ਇਹ ਕਾਫੀ ਮਾੜੀ ਹਾਲਤ ਸੀ, ਕਾਫੀ ਅਧੂਰਾ ਸੀ, ਇਹ ਬਹੁਤ ਦੇਰ ਤੋਂ ਅਧੂਰਾ ਸੀਗਾ। ਗਲੀ ਦੇ ਦੋਨੋਂ ਪਾਸੇ ਨਾਲੀਆਂ ਸੀ, ਗਲੀ ਬਹੁਤ ਛੋਟੀ ਸੀ, ਹੁਣ ਨਾਲੀਆਂ ਅੰਡਰਗਰਾਊਂਡ ਕਰਤੀਆਂ ਨੇ, ਗਲੀ ਜਿਹੜੀ ਪੂਰੀ ਖੁੱਲ੍ਹੀ ਕਰਤੀ। ਮਤਲਬ ਨਾਲੀ ਅੰਡਰਗਰਾਊਂਡ ਕਰਕੇ ਪਾਈਪ ਪਾ ਕੇ ਵਿੱਚ ਅਤੇ ਗਲੀਆਂ ਖੁੱਲ੍ਹੀਆਂ ਕਰਤੀਆਂ। ਅਤੇ ਤੁਸੀਂ ਜਦੋਂ ਆ ਵਿਕਾਸ ਸ਼ੁਰੂ ਕੀਤਾ ਤਾਂ ਤੁਹਾਨੂੰ ਉਦੋਂ ਇਹਨਾਂ ਕਾਫੀ ਚੀਜ਼ਾਂ ਦਾ ਸਮੱਸਿਆ ਦਾ ਸਾਹਮਣਾ ਵੀ ਕਰਨਾ ਪਿਆ ਹੋਊਗਾ? ਬਹੁਤ ਸਮੱਸਿਆ ਦਾ ਕਰਨਾ ਪਿਆ ਸਰ। ਅਤੇ ਤੁਸੀਂ ਉਹ ਸਾਰੀਆਂ ਜਿਹੜੀਆਂ ਮੁਸ਼ਕਲਾਂ ਸੀ ਉਹਨਾਂ ਨੂੰ ਦੂਰ ਕਰਦੇ ਹੋਏ ਫਿਰ ਵੀ ਆਪਣੇ ਪਿੰਡ ਦਾ ਵਿਕਾਸ ਪੂਰਾ ਕੀਤਾ? ਹਾਂਜੀ, ਕੋਸ਼ਿਸ਼ ਕਰ ਰਹੇ ਹਾਂ, ਕੀਤਾ ਵੀ ਆ, ਹੋਰ ਵੀ ਕਰਾਂਗੇ। ਇਹ ਜਿਹੜਾ ਤੁਸੀਂ ਵਿਕਾਸ ਕੀਤਾ ਵਾ, ਇਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਸੀਂ ਕਿਹਦੇ ਸਹਿਯੋਗ ਨਾਲ ਵਿਕਾਸ ਕਰ ਰਹੇ ਜੀ? ਇਹ ਤਾਂ ਐੱਮ ਐੱਲ ਏ ਸਾਹਿਬ ਤਾਂ ਸਰਕਾਰ ਦੇ ਸਹਿਯੋਗ ਨਾਲ ਹੀ ਹੋ ਰਿਹਾ, ਜੋ ਕੁਛ ਵੀ ਹੋ ਰਿਹਾ, ਬਾਕੀ ਪਿੰਡ ਵਾਸੀਆਂ ਦਾ ਸਹਿਯੋਗ ਹੈ, ਬਾਕੀ ਪਿੰਡ ਵਾਸੀਆਂ ਦਾ ਸਹਿਯੋਗ ਨਾਲ ਹੈ। ਹੁਣ ਇਹ ਸਾਂਭ ਸੰਭਾਲ ਪਿੰਡ ਵਾਲਿਆਂ ਦੇ